ਬਲਬੀਰ ਸਿੰਘ ਗਿੱਲ ਸਾਡੇ ਹਿੰਦੀ ਦੇ ਅਧਿਆਪਕ ਨੇ ਬੜੇ ਹੋਣਹਾਰ ਅਧਿਆਪਕ ਨੇ ਔਰ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਮਾਨਪੁਰਾ ਵਿਖੇ ਤਾਇਨਾਤ ਨੇ ਸਿੱਖਿਆ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਹਮੇਸ਼ਾ ਕੋਈ ਨਾ ਕੋਈ ਸੁਨੇਹਾ ਜਿਹੜਾ ਉਹ ਦਿੰਦੇ ਰਹੀਦਾ ਇਸੇ ਸਿਲਸਿਲੇ ਦੇ ਵਿੱਚ ਕਿਉਂਕਿ ਅੱਜ ਕੱਲ੍ਹ ਦਾ ਮੁੱਖ ਮੁੱਦਾ ਵਾਤਾਵਰਨ ਨੂੰ ਬਚਾਉਣ ਵਾਸਤੇ ਪਰਾਲੀ ਨਾ ਸਾੜਨ ਦਾ ਸੰਦੇਸ਼ ਦੇਣਾ ਸਾਰਿਆਂ ਨੂੰ ਕਿਸਾਨਾਂ ਨੂੰ ਜਾਗਰੂਕ ਕਰਨਾ ਤਾਂ ਕਿ ਸਾਡੇ ਆਪਣੇ ਇੱਕ ਸਵੱਛ ਵਾਤਾਵਰਨ ਦੇ ਵਿੱਚ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅੱਗੇ ਲੈ ਕੇ ਜਾ ਸਕੀਏ ਤਾਂ ਕਸ਼ਮੀਰ ਸਿੰਘ ਗਿੱਲ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਇਹ ਗੀਤ ਇੱਕ ਸੰਦੇਸ਼ ਦੇ ਰੂਪ ਦੇ ਵਿੱਚ ਸਾਰੇ ਕਿਸਾਨਾਂ ਵਾਸਤੇ ਹੈ ਕਿ ਆਪਾਂ ਆਪਣੀ ਮਾਂ ਦੀ ਹਿੱਕ ਦੇ ਉੱਤੇ ਲੰਬੂ ਨਾ ਲਾਈਏ ਇਹੀ ਮਾਂ ਆ ਜਿਹੜੀ ਸਾਨੂੰ ਰੋਟੀ ਰੋਜ਼ੀ ਦਿੰਦੀ ਹੈ ਅਤੇ ਇਸ ਦੀ ਇਸ ਮਾਂ ਦਾ ਜੇਕਰ ਅਸੀਂ ਖਿਆਲ ਨਹੀਂ ਰੱਖਾਂਗੇ ਤਾਂ ਮਾਂ ਜਿਹੜੀ ਹੈ ਉਹ ਭਾਵੇਂ ਘੁਮਾਂ ਕਦੀ ਨਹੀਂ ਬਣਦੀ ਪਰ ਅਸੀਂ ਮਾਂ ਨੂੰ ਆਪਣੀ ਨੂੰ ਬੰਜਰ ਕਰਨ ਤੋਂ ਹੀ ਬਚਾ ਸਕਦੇ ਹਾਂ ਸੋ ਆਓ ਆਪਾਂ ਸਾਰੇ ਰਲ ਕੇ ਆਪਣੀ ਆਉਣ ਵਾਲੀਆਂ ਨਸਲਾਂ ਵਾਸਤੇ ਇੱਕ ਵਧੀਆ ਵਾਤਾਵਰਨ ਇੱਕ ਸਵੱਛ ਵਾਤਾਵਰਨ ਦੀ ਸਿਰਜਣਾ ਕਰਕੇ ਦਈਏ ਤਾਂ ਕਿ ਉਹ ਹਮੇਸ਼ਾ ਹੀ ਇਹ ਯਾਦ ਰੱਖਣ ਕਿ ਸਾਡੇ ਪੂਰਵਜ ਬੜੇ ਸਮਝਦਾਰ ਅਤੇ ਸੂਝਵਾਨ ਸਨ। ਅੱਜ ਸਾਡੇ ਬਹੁਤ ਹੀ ਮਾਣਯੋਗ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਸਤਿੰਦਰਵੀਰ ਸਿੰਘ ਜੀ ਉਹਨਾਂ ਨੇ ਇਸ ਗੀਤ ਨੂੰ ਰਿਲੀਜ਼ ਕਰਕੇ ਬਹੁਤ ਹੀ ਮਾਣ ਬਖਸ਼ਿਆ ਅਤੇ ਇਸ ਗੀਤ ਰਾਹੀਂ ਅਸੀਂ ਸਾਰੇ ਹੀ ਤਕਰੀਬਨ ਸਮਾਜ ਦੇ ਜਿੰਨੇ ਵੀ ਵਰਗ ਦੇ ਲੋਕ ਨੇ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਕਿ ਅਸੀਂ ਸਾਰੇ ਅੱਗੇ ਆਈਏ ਸਾਰੇ ਅੱਗੇ ਆ ਕੇ ਇਸ ਦੇ ਖਿਲਾਫ ਜਿਹੜਾ ਅਸੀਂ ਆਵਾਜ਼ ਨੂੰ ਬੁਲੰਦ ਕਰੀਏ ਸਕੂਲ ਸਿੱਖਿਆ ਵਿਭਾਗ ਦੇ ਵਿਦਿਆਰਥੀ ਵੀ ਇਸ ਲਈ ਇਹਨਾਂ ਵੱਖ ਵੱਖ ਗਤੀਵਿਧੀਆਂ ਰਾਹੀਂ ਇਹ ਸੰਦੇਸ਼ ਜਿਹੜਾ ਦੇ ਰਹੇ ਨੇ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਕਿਤੇ ਨਾ ਕਿਤੇ ਇਹਦਾ ਥੋੜ੍ਹਾ ਬਹੁਤ ਜ਼ਰੂਰ ਡੈਫੀਨੇਟਲੀ ਅਸਰ ਹੋਊਗਾ। ਇਸ ਗੀਤ ਰਾਹੀਂ ਜਿਹੜਾ ਜਿਸਦਾ ਨਾਮ ਹੈ ਰੱਬ ਦਾ ਵਾਸਤਾ ਕਦੇ ਨਾ ਸਾੜੋ ਖੇਤਾਂ ਵਿੱਚ ਪਰਾਲੀ ਨੂੰ, ਇਸ ਰਾਹੀਂ ਮੈਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਵਾਤਾਵਰਨ ਹੈ ਉਹ ਸਾਡੇ ਸਭ ਦਾ ਸਾਂਝਾ। ਕੁਝ ਬੰਦਿਆਂ ਦੀ ਗਲਤੀ ਕਰਕੇ, ਕੁਝ ਖਾਸ ਬੰਦਿਆਂ ਦੀ ਗਲਤੀ ਕਰਕੇ ਸਾਰੇ ਵਾਤਾਵਰਨ ਦਾ ਜਿਹੜਾ ਘਾਣ ਕਰਨਾ ਉਹਨੂੰ ਦੂਸ਼ਿਤ ਕਰਨਾ ਕਿੱਥੋਂ ਤੱਕ ਜਾਇਜ਼ ਆ? ਤੋ ਇਸ ਗੀਤ ਲਈ ਇਸ ਗੀਤ ਰਾਹੀਂ ਮੈਂ ਇਹੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿਸਾਨਾਂ ਨੂੰ ਕਿ ਕਿਸਾਨ ਵੀਰੋ ਪਲੀਜ਼ ਪਰਾਲੀ ਨੂੰ ਅੱਗ ਨਾ ਲਾਓ।